ਵੱਡੀ ਗੱਲ ਇਹ ਵੀ ਰਹੀ ਹੈ ਇਸ ਗੱਡੀ ਨਾਲ ਜੁੜੀ ਕਿ ਜੇਕਰ ਸਿੱਧੂ ਮੂਸੇਵਾਲਾ ਜਿਉਂਦਾ ਰਹਿੰਦਾ ਤਾਂ ਅਗਲੇ ਗੀਤ ਵਿੱਚ ਆਪਣੇ ਅਗਲੇ ਗੀਤ ਵਿੱਚ ਉਸਨੇ ਇਸ ਗੱਡੀ ਨੂੰ ਵੀ ਲੈਣਾ ਸੀ, ਇਸ ਗੱਡੀ ਵਿੱਚ ਸਵਾਰ ਹੋਣਾ ਸੀ। ਦੱਸਿਆ ਕਿ ਕਿਸੇ ਸਮੇਂ ਇਹ ਗੱਡੀ ਜਿਹੜੀ ਆ ਬਹੁਤ ਲੋਕਾਂ ਦੀ ਡ੍ਰੀਮ ਹੁੰਦੀ ਸੀ ਔਰ ਅੱਜ ਦੇ ਸਮੇਂ ਵਿੱਚ ਵੀ ਜਿਸ ਕਿਸ ਦੀ ਡ੍ਰੀਮ ਹੈ ਉਹੀ ਰੱਖਦਾ, ਹਰ ਬੰਦੇ ਦੇ ਬਸ ਦੀ ਗੱਲ ਨਹੀਂ ਇਸ ਗੱਡੀ ਨੂੰ ਰੱਖਣਾ। ਜਾਣ ਕੇ ਕੋਈ ਵੀ ਕੱਚ ਨਹੀਂ ਛੱਡਿਆ ਇਹਦੇ 'ਚ, ਸਾਰਾ ਆਪਣੇ ਵੱਲੋਂ ਸਿਸਟਮ ਪੂਰਾ ਤਿਆਰ ਕੀਤਾ ਹੈ। ਨਹੀਂ ਸਾਰਾ ਤਾਂ ਲੋਹਾ ਹੈ। ਖੜ ਗਏ ਸੀ ਭਾਜੀ ਯਾਰ ਫੋਟੋ ਫੋਟੋ, ਕਿਉਂਕਿ ਮੇਰੀ ਭਾਜੀ ਮੇਰੇ ਦਿਲ 'ਚ ਇਦਾਂ ਦੀ ਕੋਈ ਗੱਲ ਹੈ ਨਹੀਂ ਵੀ ਮੈਂ ਫੋਟੋ ਨਾ ਕਰਾਉਣ ਦੇਵਾਂ, ਕੁੜੀਆਂ ਮੁੰਡੇ ਕੋਈ ਵੀ ਭੈਣਾਂ ਜਾਂ ਭਰਾਵਾਂ ਦੇ ਆ ਮੈਂ ਫੋਟੋ ਨੂੰ ਕਦੇ ਮਨਾ ਨਹੀਂ ਕੀਤਾ ਹੈ। 7-8 ਗਾਣਿਆਂ ਵਿੱਚ ਗੱਡੀ ਜਿਹੜੀ ਆ ਚੁੱਕੀ ਹੈ, ਇੱਕ ਫਿਲਮ 'ਚ ਵੀ ਆ ਚੁੱਕੀ ਆ। ਹਾਂਜੀ, ਕੋਈ ਦੱਸ ਸਕਦੇ ਕਿਹੜੀ ਫਿਲਮ 'ਚ ਆ ਚੁੱਕੀ ਹੈ ਤੇ ਕਿਹੜੇ ਗਾਣੇ? ਜਿੰਮੀ ਸ਼ੇਰਗਿੱਲ ਦੀ ਫਿਲਮ ਸੀ, ਰਾਜਸਥਾਨ ਸ਼ੂਟਿੰਗ ਹੋਈ ਸੀ। ਇਸ ਗੱਡੀ ਨੂੰ ਆਪਣੇ ਗਾਣੇ ਵਿੱਚ ਲੈਣਾ ਸੀ, ਇੱਕ ਵਾਰੀ ਲੁੱਕ ਦਿਖਾ ਦਈਏ ਬਿੰਦੂ ਜੀ। ਇਹ ਗੱਡੀ ਜੇ ਸਿੱਧੂ ਮੂਸੇਵਾਲਾ ਜਿਉਂਦਾ ਰਹਿੰਦਾ ਤਾਂ ਅਗਲੇ ਕਿਸੇ ਗਾਣੇ 'ਚ ਉਹ ਇਸ ਗੱਡੀ ਦੇ ਉੱਤੇ ਤੁਹਾਨੂੰ ਨਜ਼ਰ ਆ ਸਕਦਾ ਸੀਗਾ। ਗੱਡੀ ਨਾ ਬੰਪਰ ਜੇ ਚੱਕ ਕੇ ਵੀ ਦੇਖੀ ਆਪਾਂ, ਇਹ ਬੜੀ 40 ਜਾਂ 50 ਕਿਲੋ ਦਾ ਬੁਨਟ ਹੈ, ਬੁਨਟ ਆ ਭਾਜੀ ਆਹ। ਹਾਂਜੀ, ਵੀ ਤੁਸੀਂ ਦੱਸ ਦਿਓ 40-40 ਕਿਲੋ ਟਾਕੀ, 40 ਕਿਲੋ ਦੀਆਂ ਮੋਹਰਲੀਆਂ, ਪਿਛਲੀਆਂ 30-30 ਕਿਲੋ ਦੀਆਂ ਭਾਜੀ ਟਾਕੀਆਂ ਆ। ਇਹ ਟਾਕੀ ਆ ਜਿਹੜੀ ਇਹ 40 ਕਿਲੋ ਦੀ ਟਾਕੀ ਆ, ਟਾਕੀ ਆ ਭਾਜੀ। ਵੀਰੇ ਜੀ ਆਓ ਦਿਖਾਓ ਜ਼ਰਾ ਅੰਦਰਲਾ, ਮੈਂ ਜਿਵੇਂ ਬਿੰਦੂ ਜੀ ਕਹਿੰਦੇ ਆ। ਹਾਂਜੀ ਹਾਂਜੀ, ਤੇ ਇੱਥੇ 4 ਜਣੇ ਆਰਾਮ ਨਾਲ ਬਹਿ ਸਕਦੇ ਆ। ਜੇਕਰ ਤੁਸੀਂ ਡੋਲੀ ਵਾਲੀ ਕਾਰ ਲੈ ਕੇ ਜਾਂਦੇ ਆ ਤਾਂ ਮੁੰਡਾ ਕੁੜੀ ਮਤਲਬ ਹਸਬੈਂਡ ਵਾਈਫ ਇੱਕ ਭੈਣ ਤੇ ਮੁੰਡੇ ਦੀ ਮਾਂ ਬਹਿ ਸਕਦੇ 4 ਜਣੇ। ਤੁਸੀਂ ਮਾਰੂਗੇ ਤਾਂ ਇਹਦੀ ਆਵਾਜ਼ ਸੁਣੂਗੀ ਤਾਂ ਉਹ ਦੂਰ ਤੱਕ ਸੁਣੂਗੀ ਭਾਜੀ, ਪਤਾ ਲੱਗਦਾ ਕੋਈ ਨਾ ਕੋਈ ਖੜਾ ਆ ਕੋਈ ਨਾ ਕੋਈ ਪਾਸ ਹੈ ਇੱਧਰ ਦੀ ਆਵਾਜ਼। ਹਾਂਜੀ ਹਾਂਜੀ ਬਿਲਕੁਲ ਪਾਸ ਹੈਗੀ ਭਾਜੀ, ਕਿਉਂਕਿ ਆਰਸੀ ਦੇ ਉੱਪਰ ਸਭ ਕੁਝ ਹੁਣ ਬਲੈਕ ਸੀ ਜੀ। ਮਤਲਬ ਜੇ ਗੱਡੀ ਨੱਚਣ ਟੱਪਣ ਲੱਪੋ ਤਾਂ ਐਡੀ ਗਰੇਰੋ ਵਾਲੀ ਫੀਲਿੰਗ ਨਾਲ ਲੱਪਣ ਜੀ। ਲੋਕਾਂ ਨੇ ਕਹਿੰਗੇ ਨੇ ਚੈੱਕ ਵੀ ਕਰਨਾ ਹੈ। ਬਿਲਕੁਲ ਭਾਜੀ ਬਿਲਕੁਲ, ਉਹ ਆਪਣਾ ਸ਼ੱਕ ਕੱਢ ਸਕਦੇ ਆ, ਇਦਾਂ ਦੀ ਗੱਲ ਨਹੀਂ। ਤੁਹਾਡਾ ਫਿਰ ਪੱਖ ਵੀ ਲੈਣਾ ਹੈ ਜਦੋਂ ਕਿਸੇ ਦਾ ਬਗਾਨਾ ਪੁੱਤ ਤਰੱਕੀ ਕਰਦਾ ਜੀ ਜੀ ਭਾਜੀ, ਤਾਂ ਬਹੁਤਿਆਂ ਤੋਂ ਜਰ ਨਹੀਂ ਹੁੰਦਾ, ਨਹੀਂ ਹੁੰਦਾ। ਤੇ ਇਸ ਕਰਕੇ ਆਪਣੀ ਰਾਹ ਤੇ ਚੱਲਦੇ ਰਹਿਣਾ ਚਾਹੀਦਾ ਔਰ ਵਾਹਿਗੁਰੂ ਨੂੰ ਸਿਰ ਝੁਕਾ ਕੇ ਹਾਜ਼ਰ ਨਾਜ਼ਰ ਰੱਬ ਨੂੰ ਮੰਨ ਕੇ ਚੱਲਦੇ ਰਹਿਣਾ ਚਾਹੀਦਾ। ਗੱਲ ਕਰਦੇ ਸੀਗੇ ਕਿ ਯਾਰ ਕਈ ਵੇਲੇ ਪੈਸੇ ਸਿੰਗਰ ਫਿਰ ਰੁਕ ਰੁਕ ਕੇ ਦਿੰਦੇ, ਅਟਕ ਅਟਕ ਕੇ ਦਿੰਦੇ, ਫਿਰ ਉਹਨਾਂ ਦੇ ਸੁਰ ਜਿਹੜੇ ਆ ਪਹਿਲੇ ਦੂਜਾ ਕਾਲਾ ਫਿਰ ਅੜ ਜਾਂਦਾ। ਇੱਕ ਇੱਕ ਦੋ ਸਿੰਗਰਾਂ ਨਾਲ ਹੋਈ ਆ ਭਾਜੀ, ਚਲੋ ਆਪਾਂ ਨਾ ਕਿਉਂ ਲੈਣਾ, ਹੁਣ ਨਾ ਲੈਣ ਨੂੰ ਦਿਲ ਵੀ ਕਰਦਾ ਪਰ ਨਹੀਂ ਰਹਿਣ ਦੋ। ਹਾਂਜੀ, ਪਰ ਕੱਲੀ ਗਰਮੀ ਨਹੀਂ, ਸਾਡੇ ਸ਼ੌਂਕ ਵੀ ਲੋਕਾਂ ਨੂੰ ਜਲਾਉਂਦੇ ਨੇ। ਕੱਲੀ ਗਰਮੀ ਨਹੀਂ, ਸਾਡੇ ਸ਼ੌਂਕ ਵੀ ਲੋਕਾਂ ਨੂੰ ਜਲਾਉਂਦੇ ਨੇ, ਕਿਉਂਕਿ ਜਿੰਨਾ ਉਹ ਕਮਾਉਂਦੇ ਨੇ ਉਹਨੇ ਕਾਕਾ ਜੀ ਅੜਾਉਂਦੇ ਨੇ, ਉਹਨੇ ਕਾਕਾ ਜੀ ਅੜਾਉਂਦੇ ਨੇ। ਮੈਂ ਸਭ ਜਾਣਦਾ ਮੇਰੀ ਪਿੱਠ ਪਿੱਛੇ ਕਿਸੇ ਨੇ ਕੀ ਕੀਤੀ ਆ ਹਰਕਤ ਜੀ, ਪਰ ਸਭ ਤੋਂ ਮਹਿੰਗਾ ਸ਼ੌਂਕ ਇਮਾਨਦਾਰੀ ਦਾ, ਅਤੇ ਇਮਾਨਦਾਰੀ ਵਿੱਚ ਹੁੰਦੀ ਹੈ ਬਰਕਤ ਜੀ, ਇਮਾਨਦਾਰੀ ਵਿੱਚ ਹੁੰਦੀ ਹੈ ਬਰਕਤ ਜੀ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਸੂਰੀ। ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ। ਦੋਸਤੋ, ਅੱਜ ਸ਼ੌਂਕ ਦੀ ਗੱਲ ਕਰਨੀ ਹੈ। ਸਾਡੇ ਕਬੀਰ ਨੇ ਬੜੇ ਸ਼ੌਂਕ ਨਾਲ, ਬੜੇ ਰੀਝਾਂ ਨਾਲ ਇਹ ਗੱਡੀ ਤਿਆਰ ਕੀਤੀ ਹੈ ਔਰ ਇਹ ਗੱਡੀ ਹੈ ਜੀ, ਵੈਸੇ ਕੰਡੈਸਾ ਗੱਡੀ ਇਹਨੂੰ ਕਹਿੰਦੇ, ਲੇਕਿਨ ਸਾਡੇ ਦੋਸਤ ਨੇ ਇਹਨੂੰ ਇੰਨੀ ਐਗਰੈਸਿਵ ਲੁੱਕ ਦੇ ਦਿੱਤੀ ਹੈ, ਇੰਨੀ ਮਸਕੂਲਰ ਲੁੱਕ ਦੇ ਦਿੱਤੀ ਹੈ। ਤੁਸੀਂ ਇਹਦਾ ਰਿਮ ਦੇਖੋਗੇ ਕਿੰਨੀ ਟਿਊਨਿੰਗ ਕੀਤੀ ਹੋਈ ਹੈ, ਮਰਸਡੀ ਵਾਲੇ ਰਿਮ ਪਾਏ ਹੋਏ ਆ, ਇੰਨੀ ਗੱਡੀ ਖਰੀ ਬਣਾ ਦਿੱਤੀ ਹੈ ਕਿ ਇਹ ਗੱਡੀ ਘੱਟੋ ਘੱਟ 8 ਗਾਣਿਆਂ ਦਾ ਸ਼ਿੰਗਾਰ ਬਣ ਚੁੱਕੀ ਹੈ ਅਤੇ ਇੱਕ ਫਿਲਮ ਵਿੱਚ ਵੀ ਆ ਚੁੱਕੀ ਔਰ ਵੱਡੀ ਗੱਲ ਇਹ ਵੀ ਰਹੀ ਹੈ ਇਸ ਗੱਡੀ ਨਾਲ ਜੁੜੀ ਕਿ ਜੇਕਰ ਸਿੱਧੂ ਮੂਸੇਵਾਲਾ ਜਿਉਂਦਾ ਰਹਿੰਦਾ ਤਾਂ ਅਗਲੇ ਗੀਤ ਵਿੱਚ ਆਪਣੇ ਅਗਲੇ ਗੀਤ ਵਿੱਚ ਉਸਨੇ ਇਸ ਗੱਡੀ ਨੂੰ ਵੀ ਲੈਣਾ ਸੀ, ਇਸ ਗੱਡੀ ਵਿੱਚ ਸਵਾਰ ਹੋਣਾ ਸੀ। ਇਸ ਗੱਡੀ ਦਾ ਮਾਲਕ ਕੌਣ ਹੈ, ਇਸ ਗੱਡੀ ਨੂੰ ਸ਼ੌਂਕ ਨਾਲ ਕਿਹਨੇ ਤਿਆਰ ਕੀਤਾ, ਹੁਣ ਉਸ ਨੂੰ ਮਿਲਾਵਾਂਗੇ। ਲੇਕਿਨ ਉਸ ਤੋਂ ਪਹਿਲਾਂ ਦੱਸ ਦਵਾਂ ਕਿ 1984 ਵੇਲੇ ਇਹ ਗੱਡੀ ਹੋਂਦ ਵਿੱਚ ਆਉਂਦੀ ਹੈ, ਹਿੰਦੁਸਤਾਨ ਮੋਟਰਸ ਦੀ ਗੱਡੀ ਹੈ, ਆਪਣੇ ਵੇਲੇ ਦੀ ਮਸਟੈਂਗ, ਇੰਡੀਅਨ ਮਸਟੈਂਗ। ਵੱਡੇ ਵੱਡੇ ਕਲਾਕਾਰ ਰਾਜ ਕੁਮਾਰ ਲਾ ਲਓ, ਰਜੇਸ਼ ਖੰਨਾ ਲਾ ਲਓ, ਉਹਨਾਂ ਦੀ ਪਹਿਲੀ ਪਸੰਦ ਸੀ, ਲੀਡਰਾਂ ਦੀ ਪਹਿਲੀ ਪਸੰਦ ਸੀ, ਬਿਜ਼ਨਸਮੈਨਾਂ ਦੀ ਪਹਿਲੀ ਪਸੰਦ ਸੀ। ਲੇਕਿਨ ਹੁਣ ਕੋਈ ਸ਼ੌਂਕ ਸ਼ੌਂਕ ਨਾਲ ਹੀ ਰੱਖਦਾ ਇਸ ਗੱਡੀ ਨੂੰ ਦੇਖ ਕੇ। ਮੈਨੂੰ ਉਹੀ ਗੱਲ ਯਾਦ ਆ ਰਹੀ ਹੈ ਕਿ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਅਤੇ ਇਹ ਗੱਡੀ ਛਾਈ ਪਈ ਹੈ, ਜਿੱਥੇ ਜਾ ਕੇ ਰੁਕਦੀ ਹੈ ਉੱਥੇ ਫੋਟੋ ਖਿਚਾਉਣ ਨੂੰ ਲੋਕਾਂ ਦੀ ਭੀੜ ਲੱਗ ਜਾਂਦੀ ਹੈ। ਇਹ ਇਸ ਗੱਡੀ ਨਾਲ ਵੀਡੀਓ ਸ਼ੂਟ ਕਰੀਏ, ਉਸ ਲਈ ਮੈਨੂੰ ਵੀ ਘੱਟੋ ਘੱਟ ਘੰਟਾ ਵੇਟ ਕਰਨਾ ਪਿਆ, ਜਿੱਥੇ ਕਿਤੇ ਜਾ ਕੇ ਗੱਡੀ ਰੁਕ ਜਾਂਦੀ ਹੈ ਤਾਂ ਹਰ ਕੋਈ ਇਹੀ ਕਹਿੰਦਾ ਕਿ ਇੱਕ ਫੋਟੋ ਕਰਾ ਲੈਂਦੋ ਯਾਰ, ਇੱਕ ਫੋਟੋ ਕਰਾ ਲੈਂਦੋ। ਤਾਂ ਵਿਹਲਾ ਹੁਣ ਮਲਾਈਏ ਤੁਹਾਨੂੰ ਇਸ ਗੱਡੀ ਦੇ ਮਾਲਕ ਨਾਲ, ਜਿਹਨੇ ਸ਼ੌਂਕਾਂ ਨਾਲ ਇਸ ਗੱਡੀ ਨੂੰ ਤਿਆਰ ਕੀਤਾ। ਤਾਂ ਸਾਡੇ ਨਾਲ ਸਾਡਾ ਵੀਰ ਬਿੰਦੂ ਖਰੌੜੀਆ ਮੌਜੂਦ ਹੈ। ਜਿਵੇਂ ਗੱਡੀ ਸਟਾਈਲਿਸ਼ ਹੈ ਉਵੇਂ ਬਿੰਦੂ ਵੀ ਸਟਾਈਲਿਸ਼ ਹੈ, ਜਿਵੇਂ ਗੱਡੀ ਮਸਕੂਲਰ ਹੈ ਉਵੇਂ ਬਿੰਦੂ ਵੀ ਮਸਕੂਲਰ ਹੈ, ਜਿਵੇਂ ਗੱਡੀ ਐਗਰੈਸਿਵ ਹੈ ਉਵੇਂ ਬਿੰਦੂ ਵੀ ਐਗਰੈਸਿਵ ਹੈ, ਪਰ ਐਗਰੈਸਿਵ ਚੰਗੇ ਕੰਮਾਂ ਨੂੰ ਹੈ। ਇਹ ਲੋਕਾਂ ਦੀ ਹੈਲਪ ਵੀ ਕਰਦਾ ਸਾਡਾ ਵੀਰ, ਨੇਕ ਕੰਮ ਕਰਦਾ, ਨੇਕ ਉਪਰਾਲੇ ਕਰਦਾ।
पर बिंदु वीरे बहुत बहुत मुबारक तो इस गड्डी लई। पिछले घंटे तो वेट कर रहे हैं कि कद असी फ्री होइए, कद पब्लिक इस गड्डी तो फ्री होवे ते असी वीडियो शुरू करिए। जिथे जांदे हो लोग तुहानू बड़ा प्यार देंदे इस गड्डी करके, की कहना? सत श्री अकाल जी सारियां नूं। पहला तो पीवी बत्ती वीरे उन्हां दा बहुत बहुत धन्यवाद, दिनेश सूरी भाजी दा, ते जो ये मेरी इंटरव्यू लैने आए आ ते गड्डी करके आए आ, इन्ना बहुत बहुत मैं धन्यवाद करदा इन्हां दा। क्योंकि कहिंदे जिद्दां शौक दा ना कोई मुल हुंदा, मैनू शौक दा मैं आप बहुत दिन माड़े देखे भाजी, बहुत ज़्यादा, थोड़े नहीं। मैं आप ऑटो तक चलाया भाजी, अच्छा। लुधियाने बहुत कम किया भाजी, मैं थोड़ा नहीं बहुत ज़्यादा कम किया, हॉस्पिटलों मैं कम किया भाजी, तो हौली 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 स्ट्रगल करता 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 भाजी मैं इतने तक पुजिया। तो मैं एक दुनिया तो बखरी चीज़ लैके जाना चाहता सगा भाजी, भी मैं कहना भी दुनिया तो कुछ बखरा किया जाए। दुनिया बहुत गड्डिया लैके लोग बहुत घूमते हैं, पर मैं चाहता सी कोई बखरी चीज लैके आवां। इदां तां नहीं कि बचपन में राजेश खन्ना ने इस गड्डी उत्तर ते देख लिया, नहीं, जां शौक सी एडी करे रोड नचदियां टपदियां गड्डियां लैके आंदा रैसलिंग च पाए गड्डी तैयार कराई, इदां दा भाजी शौक नहीं सी। शौक इदां दा सी बई जिवें कि तू नंगा तां इस चीज़ नूं लोक इस चीज़ नूं फील करन बई, हाँ किसी बंदे ने मुड़ मुड़ के देखण बई लोक इस चीज़ नूं फील करन बई किसी मुंडे ने अपनी मेहनत नाल मेहनत काश बंदे ने खड़ी कीती आ कोई चीज़। तो मैं मेरे दिल च कोई इदा का हंकार कोई इदा की माण वाली गल नहीं बे, मेरे को परमात्मा ने एक चुनमी चीज़ दी। नवे शहर च एक सिंगल पीस खड़ा किया, मैं ज मैं हूँ तक तो देखी नहीं, ढाई तीन साल हो गए मेरे को भाजी तैयार हुई नूं। मैं मैनू लगता बई मैं नवा शहर के देखी नहीं, हूँ सिंगल पीस मेरे को नवा शहर के। मैं ऑडियंस दस दूँ जिमें पहला दसिया कि किसी समय एक गड्डी जी बहुत लोगों की ड्रीम होंगी सी, और अज के समय भी जिस किसी की ड्रीम है उही रखता, हर बंदे दे बस की गल नहीं इस गड्डी नूं रखना, क्योंकि गड्डी महंगी भी बहुत पैंदी। एवरेज किन्नी कहदी इहदी भाजी? 15 दी एवरेज आ, उदां एसी ला के एसी भी कामयाब मैं आप करवाया, हाँ जी। ते बाकी मैं जाने के कोई भी कच नहीं छड्डिया इहदे च, सारा अपने वल्लों सिस्टम पूरा तैयार है, नहीं सारा तां लोहा आ ते सारी लोहे नाल भरी आ, हाँ जी हाँ जी बिल्कुल। तो बाकी मैं अपने वो इदा की कमी पिछी नहीं छी भी जी चीज़ के नहीं हो, हर एक चीज़ लोई हुई है। उही गल है कि शौक का कोई मुल नहीं, जिमें एक भी मैं होर गल याद आ रही है कि जुत्ती झाड़ के चढ़ी मुटिया रे, हाँ जी, गड्डी है शकीन जट की, फिर गड्डी चढ़ते भी है लोग बहुत बहुत भाजी। हूँ मैं हूँ भी आता सगा, तुम आप भी देखे ही है भाजी फोटो कराने, तो मैं उतो घूम के भी आया तो मुंडे बहुत खड़ गए थे भाजी यार फोटो फोटो, क्योंकि मेरी भाजी मेरे दिल इदा की कोई गल है नहीं भी मैं फोटो ना करा देव, कुड़िया मुंडे कोई भी भैन ज भरा आते मैं फोटो में कदम मना नहीं किया है, क्यों? क्योंकि पता नहीं रब ने परमात्मा ने मैनू क्यों दी भाजी, तो मैंने भी चुनमा ही बनाया इतने, मतलब एक तरह चुनमी चीज़ लैके आँदी। मैंने पता लगे कि 7-8 गाने गड्डी जी आ चुकी है, एक फिल्म च भी आ चुकी है, हाँ जी। कोई दस सकते कि फिल्म च आ चुकी है कि गाने? जिमी शेरगिल की फिल्म सी, राजस्थान शूटिंग हुई सी फिल्म, तो मैं हाँ जी राजस्थान मैं लेके गया आप भाजी, तो हजे फिल्म जाने के तैयार होंगी पई है, हजे उन्होंने पता नहीं साल तक पता नहीं छे मिल गए, हाँ जी हाँ जी बिल्कुल बिल्कुल, उन्होंने भी भाजी मिल गए पैसे, पैसे नहीं किसी ने भी रखे, 7-8 गाणियां दे विच भी आई है गड्डी है। तो परमात्मा मैं पर आप बहुत बड़े फैन हाँ सिद्धू मूसेवाले दे, उहदे गाने च होना नहीं सी, चलो हाँ मैं उही सवाल पुछण लगा सी कि सुनन च इह वी आया सी कि सिद्धू मूसेवाले ने इस गड्डी नूं अपने गाने विच लैणा सी, एक वारी लुक दिखा दईए बिंदू जी, इह गड्डी जे सिद्धू मूसेवाला जिउंदा रहिंदा तां अगले किसी गाने च उह इस गड्डी दे उत्ते तुहानूं नज़र आ सकदा सीगा, गड्डी विच बैठा नज़र आ सकदा सी, गड्डी चलाउंदा नज़र आ सकदा सी, लेकिन तुहानूं पता है जिहड़ी मंदभागी घटना वापरी है सिद्धू मूसेवाला साडे विचकार नहीं रहा, तो भाई जी सिद्धू मूसेवाले नाल किवें राबता कायम हुंदा है, गल होई तुहाडी सिद्धू मूसेवाले? बिल्कुल होई सी भाजी बिल्कुल होई सी, मेरा मित्र सी बहुत प्रेमी सी, तो उन्होंने हाँ नहीं मित्र मेरा सी उहदा गाह यार दोस्त सी मुंडा, हाँ जी, तो उन्होंने मेरी गलबात कराई सी, तो उन्होंने फोन पर अटैच, हाँ जी सिद्धू मूसेवाले ने वीर नाल गल हुई सी मेरी फोन पर, वो कहिंदा भाई तू एक बार मानसा अपने साडे पिंड मूसा लेके आ जा एक बार गड्डी, मैं लुक देखूंगा गड्डी की, वैसे फोटोआं मैं भेजियां सी उन्होंने, फोटोआं देख भी लईआं सी उन्होंने, तो गड्डी उन्होंने सिलैक्ट भी कर ली सी, वो कहिंदे आपां गाने च जरूर पावांगे, मैं उन्होंने एक गल कही सी भाजी मैं पैसा कोई नहीं लैना, तुसीं सिर्फ एक बार अपने गाने च गड्डी चला दो बस, मैं ये कहा सी उन्होंने, तो बाकी हुण ਕਿੰਨੀਆਂ ਰੀਝਾਂ ਲੱਗ ਜਾਣੀਆਂ ਸੀ, ਕਿੰਨੀਆਂ ਗੱਲਾਂ ਹੋ ਜਾਣੀਆਂ ਸੀ, ਬਹੁਤ ਕੁਝ ਸੋਚਿਆ ਸੀ ਮੈਂ ਤਾਂ, ਚਲੋ ਪਰ ਚਲੋ ਜੋ ਰੱਬ ਨੂੰ ਜੋ ਵੀ ਰੱਬ ਨੂੰ ਮਨਜ਼ੂਰ ਉਹ ਆਪਾਂ ਟਾਲ ਨਹੀਂ ਸਕਦੇ ਹੈਗੇ, ਤੇ ਹੁਣ ਤੱਕ ਜੇ ਸਿੱਧੂ ਮੂਸੇਵਾਲਾ ਇਸ ਗੱਡੀ ਵਿੱਚ ਬਹਿ ਜਾਂਦਾ, ਗਾਣੇ ਵਿੱਚ ਇਹ ਗੱਡੀ ਆ ਜਾਂਦੀ ਸਿੱਧੂ ਮੂਸੇਵਾਲੇ ਦੇ, ਤਾਂ ਗੱਡੀ ਮਸ਼ਹੂਰ ਹੋ ਜਾਣੀ ਸੀ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਗੱਡੀ ਆਈ। ਬਿਲਕੁਲ ਭਾਜੀ ਬਿਲਕੁਲ, ਮੈਂ ਤਾਂ ਬਹੁਤ ਆਸਾਂ ਲਾਈਆਂ ਹੋਈਆਂ ਸੀ, ਕਿਉਂਕਿ ਮੈਂ ਪਹਿਲੀ ਗੱਲ ਆ ਮੈਂ ਕਿਸੇ ਨੂੰ ਬਹੁਤਾ ਇੱਦਾਂ ਦੱਸਦਾ ਨਹੀਂ ਹੁੰਦਾ ਭਾਜੀ, ਮੈਂ ਚਾਹੁੰਦਾ ਸੀ ਵੀ ਟਾਈਮ 'ਤੇ ਦੱਸਿਆ ਜਾਵੇ, ਬਹੁਤ ਵਿੱਚ ਵਿੱਚ ਮੇਰੇ ਜਿਹੜੇ ਕਲੋਜ਼ਿੰਗ ਬੰਦੇ ਆ ਕਲੋਜ਼ਿੰਗ ਭਰਾ ਆ ਕਲੋਜ਼ਿੰਗ ਭੈਣਾਂ ਬਹੁਤ ਹੈਗੇ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਦੱਸ ਦਿੱਤਾ ਹੋਇਆ ਸੀਗਾ ਵੀ ਇਹ ਗਾਣੇ ਨੇ ਗੱਡੀ ਗਾਣੇ 'ਚ ਆਉਣੀ ਸੀ, ਪਰ
ਕਿਸਮਤ ਦੇ ਵਿੱਚ ਕਹਿੰਦੇ ਜੇ ਨਹੀਂ ਦੇਖੋ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਹੋਇਆ ਸਿੱਧੂ ਮੂਸੇਵਾਲੇ ਦੇ ਜਾਣ ਨਾਲ ਉਹਦੇ ਫੈਨਸ ਜਿਹੜੇ ਹਰਟ ਉਹ ਤਾਂ ਹੋਏ ਹੋਏ ਆ ਪਰ ਆਰਥਿਕ ਨੁਕਸਾਨ ਵੀ ਤੁਸੀਂ ਸਮਝ ਸਕਦੇ ਹੋ ਕਿਵੇਂ ਹੋਇਆ ਜੀ ਬਾਈ ਆਪਾਂ ਹੁਣ ਗੱਡੀ ਬਾਰੇ ਜੇ ਗੱਲ ਕਰੀਏ ਆ ਸੁਧਾ ਹੀ ਲੋਹਾ ਸੁਧਾ ਲੋਹਾ ਹੈ ਭਾਜੀ ਸੁਧਾ ਜੀ ਇਹਦਾ ਆ ਬੁਨਟ ਜੇ ਆਪਾਂ ਕਹਿ ਦਈਏ ਨਾ ਬੰਪਰ ਜੇ ਚੱਕ ਕੇ ਵੀ ਦੇਖੀਏ ਆਪਾਂ ਇਹ ਬਲੀ 40 ਜਾਂ 50 ਕਿਲੋ ਦਾ ਬੁਨਟ ਹੈ ਬੁਨਟ ਆ ਭਾਜੀ ਆ ਹਾਂਜੀ ਵੀ ਤੁਸੀਂ ਦੱਸਦੇ 40 40 ਕਿਲੋ ਦੀ ਟਾਕੀ 40 ਕਿਲੋ ਦੀਆਂ ਮੋਹਰੀਆਂ ਪਿਛਲੀਆਂ 30 30 ਕਿਲੋ ਦੀਆਂ ਭਾਜੀ ਟਾਕੀਆਂ ਆ ਕੋਈ ਨਹੀਂ ਅਸੀਂ ਗੱਡੀ ਅੰਦਰੋਂ ਵੀ ਦਿਖਾਣੇ ਪਰ ਫਿਰ ਵੀ ਇੱਕ ਵਾਰੀ ਨਾ ਫੀਲਿੰਗ ਜੀ ਆਈ ਜਾਂਦੀ ਆ ਕਿ ਜਿਵੇਂ ਕੋਈ ਪੁਰਾਣੇ ਜ਼ਮਾਨੇ 'ਚ ਮੰਤਰੀ ਜਿਵੇਂ ਹੁਣ ਅੱਜ ਕੱਲ੍ਹ ਮੰਤਰੀ ਲੈਂਡ ਕਰੂਜ਼ਰਾਂ 'ਚ ਘੁੰਮਦੇ ਆ 1990 ਦੇ ਟਾਈਮ ਤੇ ਇਹੀ ਗੱਡੀ ਡਿਜ਼ਾਇਰ ਹੁੰਦੀ ਸਾਰਿਆਂ ਦੀ ਤਮੰਨਾ ਹੁੰਦੀ ਸੀ ਕਿ ਇਹੀ ਗੱਡੀ ਮਿਲੇ ਇਹ ਗੱਡੀ ਆਪਣੇ ਟਾਈਮ ਦੀ ਆਈਕਨਿਕ ਸੈਡਾਨ ਆ ਇੱਕ ਕਲਾਸਿਕ ਸੈਡਾਨ ਆ ਹਿੰਦੁਸਤਾਨ ਮੋਟਰਸ ਦੀ ਗੱਡੀ ਹੈ ਔਰ ਇਹ ਗੱਡੀ ਕਿਸੇ ਸਮੇਂ ਜਿਵੇਂ ਪਹਿਲਾਂ ਕਿਹਾ ਕਿ ਹਰ ਬੰਦੇ ਦੀ ਡਿਜ਼ਾਇਰ ਹੁੰਦੀ ਸੀ ਪਹਿਲਾਂ ਅੰਬੈਸਡਰ ਬਿੰਦੂ ਹੁਣ ਨੇ ਡੈਸ਼ਬੋਰਡ ਤੇ ਅੰਬੈਸਡਰ ਰੱਖੀ ਆ ਪਹਿਲਾਂ ਅੰਬੈਸਡਰ ਚਾਹਤ ਹੁੰਦੀ ਸੀਗੀ ਫਿਰ ਅੰਬੈਸਡਰ ਤੋਂ ਬਾਅਦ ਜਦੋਂ ਕੰਡੈਸਾ ਆਈ ਤਾਂ ਹਰ ਬੰਦੇ ਦੀ ਇੱਕ ਡ੍ਰੀਮ ਹੁੰਦੀ ਸੀ ਇੱਕ ਚਾਹਤ ਹੁੰਦੀ ਸੀਗੀ ਕਿ ਕੰਡੈਸਾ ਗੱਡੀ ਲਈ ਜਾਵੇ ਤਾਂ ਅੰਦਰ ਬਿੰਦੂ ਜੀ ਨੇ ਫੋਨ ਵੀ ਰੱਖਿਆ ਮਸਟੈਂਗ ਵੀ ਰੱਖੀ ਆ ਛੋਟੀ ਇਹ ਇੰਡੀਅਨ ਮਸਟੈਂਗ ਆ ਤਾਂ ਇੱਕ ਵਾਰੀ ਆਪਾਂ ਗੱਡੀ ਦੇ ਅੰਦਰਲਾ ਮਾਹੌਲ ਦੇਖਦੇ ਹਾਂ ਇਹ ਹੈਗੇ ਭਾਜੀ ਮਰਸੀਡੀ ਦੀ ਆ ਤੇ ਇਹ 1 ਲੱਖ ਰੁਪਏ ਦੇ ਭਾਜੀ ਟਾਇਰ ਲਵਾਏ ਸੀ ਵਿੱਚੇ ਮੈਂ ਇੱਕ ਵਿੱਚੇ ਮਤਲਬ ਵਿਚਾਰੇ ਮੈਂ ਆਪ ਲਵਾਏ ਸੀ ਆਪ ਖੁਦ ਲਵਾਏ ਸੀ ਵਿਆਹ ਸ਼ਾਦੀਆਂ ਤੇ ਵੀ ਗੱਡੀ ਬਿਲਕੁਲ ਭਾਜੀ ਬਿਲਕੁਲ ਵਿਆਹ ਮੈਨੂੰ ਲੱਗਦਾ ਮੈਂ 20 ਤੋਂ ਉੱਪਰ ਵਿਆਹ ਲਾ ਦਿੱਤੇ ਭਾਜੀ ਦੇ ਨਾਲ ਕਿਉਂਕਿ ਛੋਂਕੇ ਤੌਰ ਤੇ ਮੁੰਡੇ ਲੈ ਕੇ ਜਾਂਦੇ ਜਿਨੇ ਵੀ ਲੈ ਕੇ ਜਾਣੇ ਉਸ ਜ਼ਮਾਨੇ ਵਿੱਚ 1990 ਦੀ ਗੱਲ ਕਰੀਏ ਹਾਂਜੀ 95 ਦੀ ਗੱਲ ਕਰੀਏ 2000 ਦਸ਼ਕ ਦੀ ਗੱਲ ਕਰੀਏ ਤਾਂ ਉਦੋਂ ਵੀ ਬਹੁਤ ਸਾਰੇ ਲੋਕਾਂ ਦੀ ਤਮੰਨਾ ਹੁੰਦੀ ਸੀ ਕਿ ਵਿਆਹ ਵਾਲੀ ਗੱਡੀ ਜੇ ਕਰਨੀ ਤਾਂ ਕੰਡੈਸਾ ਕਰਨੀ ਹੈ ਉਹ ਤੁਸੀਂ ਦੌਰ ਵਾਪਸ ਲੈ ਕੇ ਆ ਰਹੇ ਹਾਂ ਜੀ ਬਿਲਕੁਲ ਭਾਜੀ ਬਿਲਕੁਲ ਬਹੁਤ ਬਹੁਤ ਲੋਕਾਂ ਨੂੰ ਹਜੇ ਨਹੀਂ ਪਤਾ ਇਸ ਚੀਜ਼ ਬਾਰੇ ਪਰ ਜਿਹਨੂੰ ਪਤਾ ਹੈ ਉਹਨੂੰ ਪਤਾ ਹੀ ਹੈ ਭਾਜੀ ਚਲੋ ਗੱਡੀ ਖੋਲ ਕੇ ਅੰਦਰਲਾ ਦ੍ਰਿਸ਼ ਦੇਖਦੇ ਆ ਬਹੁਤ ਹੈਵੀ ਆ ਬਹੁਤ ਜ਼ਿਆਦਾ ਭਾਜੀ ਤਾਂ ਇਹ ਤਾਕੀ ਹੈ ਜਿਹੜੀ ਇਹ 40 ਕਿਲੋ ਦੀ ਤਾਕੀ ਹੈ ਭਾਜੀ ਇਹਦੇ ਜੀ ਆਓ ਦਿਖਾਓ ਜ਼ਰਾ ਅੰਦਰਲਾ ਮਾਹੌਲ ਗੱਡੀ ਆਨ ਹੁੰਦੇ ਹੀ ਅੰਦਰ ਲਾਈਟਾਂ ਜਗ ਜਾਂਦੀਆਂ ਫੋਨ ਜਗ ਜਾਂਦਾ ਹਾਂਜੀ ਉਹਦਾ ਕੀ ਕਾਰਨ ਹੈ ਫੋਨ ਜਿਹੜਾ ਭਾਜੀ ਉਹਦੇ 'ਚ ਲਾਈਟ ਲਵਾਈ ਹੋਈ ਆ ਭਾਜੀ ਆਪ ਫਿੱਟ ਕਰਾਈ ਹੋਈ ਆਪਣੇ ਦਿਮਾਗ ਨਾਲ ਫਿੱਟ ਕਰਾਈ ਹੋਈ ਆ ਭਾਜੀ ਤੇ ਬਹੁਤ ਮਤਲਬ ਡੈਸ਼ਬੋਰਡ ਆਪ ਤਿਆਰ ਸਾਰਾ ਕਰਾਇਆ ਏਸੀ ਚੱਲਦਾ ਬਿਲਕੁਲ ਭਾਜੀ ਤੁਸੀਂ ਦਿਖਾ ਸਕਦੇ ਹੋ ਏਸੀ ਦਾ ਮੈਂ ਕਹਿੰਦਾ ਕਿ ਜੇ ਵਿਆਹ ਵਾਲੀ ਗੱਡੀ ਕਿਸੇ ਨੇ ਬੁੱਕ ਕਰਨੀ ਹੋਵੇ ਇਹ ਬਿਲਕੁਲ ਬਸ ਲਾੜੇ ਨੂੰ ਪਸੀਨਾ ਨਾ ਹੀ ਜਾਵੇ ਇਹ ਨਾ ਹੋਵੇ ਕਿ ਲਾੜੀ ਜਦੋਂ ਵਿਆਹ ਤੁਸੀਂ ਦੇਖ ਸਕਦੇ ਆ ਭਾਜੀ ਪਿੱਛੇ ਮੈਂ ਬੈੱਡ ਮਤਲਬ ਬੈੱਡ ਇੱਕ ਸੋਫਾ ਲਵਾਇਆ ਹੋਗਾ ਤੇ ਪਿਛਲੀ ਸੈਟ ਦੇਖ ਰਿਹਾ ਸਭ ਕੁਝ ਪਿਛਲੀ ਸੀਟ ਅਸੀਂ ਅਵਜੇ ਇਧਰ ਦੀ ਦਿਖਾਈਓ ਹਾਂਜੀ ਪਿਛਲੀ ਸੀਟ ਦੀ ਜੇ ਆਪਾਂ ਗੱਲ ਕਰੀਏ ਮੈਂ ਬਹਿ ਕੇ ਦੱਸ ਦਿੰਦਾ ਤੁਹਾਨੂੰ ਉਹ ਵਿੱਚੋਂ ਨਿਕਲਦਾ ਇਹ ਇਉਂ ਨਹੀਂ ਹੈ ਕਿ ਤਿੰਨ ਜਾਣੇ ਬਹਿ ਸਕਦੇ ਇਹ ਸੋਫਾ ਹੀ ਆ ਜਿਵੇਂ ਬਿੰਦੂ ਜੀ ਕਹਿੰਦੇ ਆ ਹਾਂਜੀ ਹਾਂਜੀ ਭਾਜੀ ਤੇ ਇੱਥੇ ਚਾਰ ਜਾਣੇ ਆਰਾਮ ਨਾਲ ਬਹਿ ਸਕਦੇ ਆ ਜੇਕਰ ਤੁਸੀਂ ਡੋਲੀ ਵਾਲੀ ਕਾਰ ਲੈ ਕੇ ਜਾਂਦੇ ਆ ਤਾਂ ਮੁੰਡਾ ਕੁੜੀ ਮਤਲਬ ਹਸਬੰਡ ਵਾਈਫ ਇੱਕ ਭੈਣ ਤੇ ਮੁੰਡੇ ਦੀ ਮਾਂ ਬਹਿ ਸਕਦੇ ਚਾਰ ਜਾਣੇ ਪਿੱਛੇ ਤੇ ਅੱਗੇ ਵੀ ਸਰਵਾਲਾ ਬਹਿ ਸਕਦੇ ਤਾਂ ਜਗ੍ਹਾ ਬਹੁਤ ਹੈ ਸਪੇਸ ਬਹੁਤ ਹੈ ਪਰ ਬਿੰਦੂ ਭਾਈ ਇਹਦੇ ਚ ਏਸੀ ਜ਼ਰੂਰ ਹੋਣਾ ਚਾਹੀਦਾ ਇਹ ਨਾ ਹੋਵੇ ਜੀ ਤੁਸੀਂ ਦਿਖਾ ਦੇਖ ਦਿਖਾ ਸਕਦੇ ਆ ਭਾਜੀ ਇਹਦੇ ਚ ਏਸੀ ਨਾ ਹੋਵੇ ਕਿ ਲਾੜੀ ਦਾ ਮੇਕਅਪ ਲੈ ਕੇ ਘਰ ਜਾ ਕੇ ਨਹੀਂ ਨਹੀਂ ਭਾਜੀ ਨਹੀਂ ਤੇ ਇਹ ਗੱਡੀਆਂ ਆਮ ਏਸੀ ਮੈਂ ਕਹਿੰਦਾ ਵੀ ਗੱਡੀਆਂ ਆਮ ਏਸੀਆਂ ਦੇ ਏਸੀ ਵੀ ਬਹੁਤ ਘੱਟ ਚੱਲਦੇ ਹੋਣੇ ਆ ਪਰ ਗੱਡੀ ਦਾ 2400 ਸੀਸੀ ਇੰਜਨ ਆ ਭਾਜੀ ਦਾ ਠੀਕ ਹੈ ਜੀ ਤੇ ਏਸੀ ਦਾ ਤੁਸੀਂ ਬਸ ਗੱਲ ਛੱਡ ਦੋ ਵੀ 2 ਕੁ ਮਿੰਟ ਮਸੀ ਲੱਗਦਾ ਏਸੀ ਐਂ ਠੰਡੀ ਕਰ ਦਿੰਦੀ ਅੰਦਰੋਂ ਭਾਜੀ ਵੈਸੇ ਅੰਦਰੋਂ ਬਹੁਤ ਸਪੇਸ਼ੀਅਸ ਹੈ ਚਲੋ ਇੱਕ ਵਾਰੀ ਆਪਾਂ ਹੁਣ ਗੱਡੀ ਚਲਾ ਕੇ ਦੇਖ ਲਈਏ ਹਾਂਜੀ ਹਾਂਜੀ ਬਿਲਕੁਲ ਤਾਂ ਗੱਡੀ ਦੀ ਤੁਸੀਂ ਚਾਬੀ ਵੀ ਦੇਖ ਸਕਦੇ ਹੋ ਕਿੰਨੀ ਖਤਰਨਾਕ ਹੈ ਇਹ ਪਿਸਤੌਲ ਵਰਗੀ ਚਾਬੀ ਆ ਜਾਂ ਗੜਾਸੀ ਵਰਗੀ ਕਹਿ ਲਈਏ ਹਾਂਜੀ ਹਾਂਜੀ ਇਹ ਵੀ ਸ਼ੌਂਕ ਨਾਲ ਤਿਆਰ ਕਰਾਈਏ ਪੁੱਠੀ ਲੱਗਦੀ ਭਾਈ ਚਾਬੀ ਚਾਬੀ ਪੁੱਠੀ ਆ ਗੱਡੀ ਸਿੱਧੀ ਆ ਗੱਡੀ ਸਿੱਧੀ ਆ ਚਾਬੀ ਇਹਦਾ ਇਸ ਵੇਲੇ ਪੁੱਠੀ ਇਹਦਾ ਪੁੱਠੀ ਲੱਗਦੀ ਹੈ ਤਾਂ ਓਕੇ ਹਾਂਜੀ ਤਾਂ ਚਲੋ ਆਓ ਅੰਦਰ ਦਿਖਾਣੇ ਗੱਡੀ ਤੁਹਾਨੂੰ ਆਓ ਬਿੰਦੂ ਜੀ ਤਾਂ ਹੁਣ ਆਪਾਂ ਗੱਡੀ ਸਟਾਰਟ ਕਰਨ ਲੱਗੇ ਤੁਹਾਨੂੰ ਦਿਖਾਣੇ ਕਿ ਗੱਡੀ ਬਿਲਕੁਲ ਆਵਾਜ਼ ਨਹੀਂ ਕਰਦੀ ਜਿੰਨੀ ਸਮੂਥ ਇਸ ਗੱਡੀ ਦੀ ਸਟਾਰਟਿੰਗ ਹੈ ਇੰਨੀ ਮੇਰੇ ਖਿਆਲ ਨਵੀਆਂ ਗੱਡੀਆਂ ਦੀ ਸਟਾਰਟਿੰਗ ਨਹੀਂ ਹੋਣੀ ਕਲੱਚ ਘੁੱਟਣਾ ਪੈਣਾ ਪਹਿਲਾਂ ਹੀਟਰ ਲਾਉਣਾ ਪੈਣਾ ਹਾਂਜੀ ਮਾਰਦੀ ਹੈ ਸੈਲਫ ਜੀ 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 ਤਾਂ ਲਓ ਜੀ ਗੱਡੀ ਸਟਾਰਟ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਏਸੀ ਲਾ ਦਿਓ ਬਿੰਦੂ ਜੀ ਲਓ ਜੀ ਏਸੀ ਔਨ ਕਰ ਦਿੱਤਾ ਔਰ ਗੱਡੀ ਦੀ ਜਿਹੜੀ ਆਵਾਜ਼ ਆ ਉਹ ਦਿਲ ਨੂੰ ਬੜਾ ਟੰਬਰੀ ਆਉਣ ਲੱਗਦੀ ਜਿਵੇਂ ਬੁਲਟ ਕੱਜਦਾ ਹੋਵੇ ਜੀ 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 ਬਿਲਕੁਲ ਜੀ ਬਿਲਕੁਲ 2400 ਸੀਸੀ ਇੰਜਨ ਆ ਭਾਈ ਇਹਦਾ ਔਰ ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਹੋ ਗੱਡੀ ਦੀ ਤਾਂ ਬਿੰਦੂ ਚੱਲੀਏ ਫਿਰ ਆਪਾਂ ਜੀ 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 ਬਿਲਕੁਲ ਲਓ ਜੀ ਕੀ ਹੋਰ ਤੋਂ ਫੀਲਿੰਗ ਵੀ ਆ ਰਹੀ ਜਿਵੇਂ ਗਿੱਪੀ ਗਰੇਵਾਲ ਉਹ ਗਾਣੇ ਚੇਤਾ ਨਹੀਂ ਕਰਦਾ ਹੁੰਦਾ ਹਾਂਜੀ 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 ਬਿਲਕੁਲ ਭਾਈ ਬਿਲਕੁਲ ਮਤਲਬ ਜੇ ਗੱਡੀ ਨੱਚਣ ਟੱਪਣ ਲੱਪੇ ਤਾਂ ਐਡੀ ਗਰੇਰੋ ਵਾਲੀ ਫੀਲਿੰਗ ਆਣ ਲੱਪਣ ਜੀ ਜਿਵੇਂ ਐਡੀ ਗਰੇਰੋ ਰਿੰਗ 'ਚ ਨਹੀਂ ਆਉਣਾ ਸੀ ਟੱਪੀ ਟੋਲੀ ਵਿੱਚ ਬਿਲਕੁਲ ਬਿਲਕੁਲ ਭਾਈ ਅੱਛਾ ਆਂਦੇ ਜਾਂਦੇ ਲੋਕ ਬਹੁਤ ਦੇਖਦੇ ਆ ਬਹੁਤ ਭਾਈ ਫੋੜ ਫੋੜ ਕੇ ਦੇਖਦੇ ਹਾਂ ਜੀ ਗੱਡੀ ਦੇ ਅੰਦਰਲਾ ਮਾਹੌਲ ਬਹੁਤ ਖੂਬਸੂਰਤ ਸੀ ਸਭ ਤੋਂ ਪਹਿਲਾਂ ਧਿਆਨ ਤਾਂ ਸ਼ੀਸ਼ੇ ਤੇ ਲੱਗੇ ਹੈਂਗਿੰਗ ਫਰੇਮ ਵੱਲ ਪਿਆ ਜਿੱਥੇ ਲਿਖਿਆ ਸੀ ਆਈ ਲਵ ਬੇਬੇ ਬਾਪੂ ਔਰ ਖਾਸ ਗੱਲ ਇਹ ਵੀ ਹੈ ਗੱਡੀ ਦੇ ਅੰਦਰ ਕਿ ਜਿਹੜਾ ਸਟੀਅਰਿੰਗ ਹੈ ਉਹ ਬਹੁਤ ਸਲਿਮ ਹੈ ਔਰ ਪੁਰਾਣੇ ਜ਼ਮਾਨੇ ਦੀਆਂ
ਗੱਡੀਆਂ ਦੀ ਯਾਦ ਕਰਾਉਂਦਾ ਜਦੋਂ ਅਮਿਤਾਭ ਬੱਚਨ, ਰਜੇਸ਼ ਖੰਨਾ, ਵਿਨੋਦ ਖੰਨਾ ਵਰਗੇ ਐਕਟਰ ਇਹੋ ਜਿਹੀਆਂ ਗੱਡੀਆਂ ਲੈ ਕੇ ਘੁੰਮਦੇ ਹੁੰਦੇ ਸੀ। ਤਾਂ ਹੁਣ ਗੱਡੀ ਨੂੰ ਭਜਾ ਕੇ ਦੇਖਦੇ ਆ ਤੇ ਦੇਖਦੇ ਆ ਕਿਵੇਂ ਰਾਕਟ ਵਰਗੀ ਗੱਡੀ ਦੇ ਇੰਜਣ ਦੀ ਆਵਾਜ਼ ਹੈ। ਗੱਡੀ ਦੀ ਆਪਾਂ ਰਾਈਡ ਲੈ ਲਈ ਹੈ, ਰਾਈਡ ਬਹੁਤ ਵਧੀਆ ਰਹੀ ਹੈ। ਔਰ ਖਾਸ ਗੱਲ ਬਿੰਦੂ ਭਾਈ ਇਹ ਵੀ ਰਹੀ ਹੈ ਕਿ ਜਿਹੜੇ ਥਾਰ 'ਚ ਬੈਠੇ ਸੀ, ਹਾਂਜੀ, ਜੇ ਇੱਕ ਦੋ ਲਗਜ਼ਰੀ ਗੱਡੀਆਂ ਵੀ ਲੰਘੀਆਂ ਉਹ ਮੁੜ ਮੁੜ ਕੇ ਆਪਣੀ ਗੱਡੀ ਨੂੰ ਦੇਖ ਰਹੇ ਸੀ। ਜੀ 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 ਬਿਲਕੁਲ ਬਿਲਕੁਲ। ਇਹ ਭਾਅ ਜੀ ਦੇਖੋ ਓਲਡ ਸਕੂਲ ਜੀ ਕਾਰ ਆ, ਜਾਣੀ ਕਿ ਆਪਾਂ ਕਹਿ ਦਈਏ ਵੀ ਅਲੱਗ ਜੀ ਵੱਖਰੀ ਇਹ ਚੀਜ਼ ਆ, ਇਸ ਤਰ੍ਹਾਂ ਦੀ ਵਾਈਬ ਬੱਲੀਏ। ਹਾਂਜੀ ਓਲਡ ਸਕੂਲ ਤਾਂ ਵੱਖਰੀ ਚੀਜ਼ ਆ, ਤੇ ਵੱਖਰੀ ਚੀਜ਼ ਨੂੰ ਫਿਰ ਦੁਨੀਆ ਭਾਅ ਜੀ ਦੇਖਦੀ ਤਾਂ ਬਹੁਤ ਆ ਫਿਰ, ਕਿਉਂਕਿ ਵੱਖਰੀ ਚੀਜ਼ ਨੂੰ ਤਾਂ। ਸਲੰਸਰ ਬਾਰੇ ਦੱਸੋ। ਸਲੰਸਰ ਭਾਅ ਜੀ ਹੁਣ ਦੇਖੋ ਜੇ ਪਿੱਛੇ ਆਪਾਂ ਇਹਦੀ ਰੇਸ ਮਾਰੀਏ ਨਾ, ਮਤਲਬ ਦਾ ਕਰਦਾ ਇਸ ਗੱਡੀ ਦਾ 2400 cc ਇੰਜਣ ਆ, 2400 cc ਇੰਜਣ ਨੇ ਰੇਸ ਮਾਰੂੰਗਾ ਤਾਂ ਮਾਰੂੰਗੇ ਤਾਂ ਇਹਦੀ ਆਵਾਜ਼ ਸੁਣੂਗੀ ਤਾਂ ਉਹ ਦੂਰ ਤੱਕ ਸੁਣੂਗੀ ਭਾਅ ਜੀ, ਪਤਾ ਲੱਗਦਾ ਕੋਈ ਨਾ ਕੋਈ ਖੜਾ ਆ ਕੋਈ ਨਾ ਕੋਈ ਪਾਸ ਹੈ ਇੱਦਾਂ ਦੀ ਆਵਾਜ਼। ਹਾਂਜੀ ਹਾਂਜੀ ਬਿਲਕੁਲ ਪਾਸ ਹੈਗੀ ਭਾਅ ਜੀ, ਕਿਉਂਕਿ ਆਰਸੀ ਦੇ ਉੱਪਰ ਸਭ ਕੁਝ ਹੁਣ ਬਲੈਕ ਸ਼ੀਸ਼ੇ ਇਹਦੇ, ਇਹ ਕੋਈ ਫਿਲਮ ਨਹੀਂ ਲਾਈ ਹੋਈ, ਇਹ ਵੀ ਆਰਸੀ ਦੇ ਉੱਪਰ ਬਲੈਕ ਸ਼ੀਸ਼ੇ ਚੜੇ ਹੋਏ ਆ ਭਾਅ ਜੀ, ਕਿਉਂਕਿ ਹੁਣ ਲੋਕਾਂ ਨੇ ਕਹਿੰਦੇ ਨੇ ਚੈੱਕ ਵੀ ਕਰਨਾ ਹੈ। ਬਿਲਕੁਲ ਭਾਅ ਜੀ ਬਿਲਕੁਲ, ਉਹ ਆਪਣਾ ਸ਼ੱਕ ਕੱਢ ਸਕਦੇ ਆ, ਇਦਾਂ ਦੀ ਗੱਲ ਨਹੀਂ, ਤੁਹਾਡਾ ਫਿਰ ਪੱਖ ਵੀ ਲੈਣਾ ਆ। ਕੋਈ ਗੱਲ ਨਹੀਂ ਭਾਅ ਜੀ, ਉਹ ਤੁਹਾਡੀ, ਮੈਂ ਜਿੱਤਣਾ ਜਹਾਨ ਨਹੀਂ। ਹਾਂਜੀ ਇਹਨੂੰ ਵੀ ਸਮਝਾ ਦਿਓ ਇਹ ਚੀਜ਼ ਭਾਅ ਜੀ, ਇੱਕ ਸਿੱਧੂ ਮੂਸੇ ਵਾਲੇ ਨੂੰ ਆਪਾਂ ਤਾਂ ਉਸ ਬੰਦੇ ਦੇ ਫੈਨ ਆ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਮੈਂ ਜਿੱਤਣਾ ਜਹਾਨ ਨਹੀਂ, ਜਿੱਤਣਾ ਜਹਾਨ ਦਾ ਮਤਲਬ ਆ ਭਾਅ ਜੀ ਹਜੇ ਸ਼ੁਰੂਆਤਾਂ ਆ, ਬਹੁਤ ਕੁਛ ਕਰਨਾ ਭਾਅ ਜੀ, ਨਹੀਂ ਹਜੇ ਮੁੱਕਿਆ ਨਹੀਂ, ਤਾਂ ਕਰਕੇ ਵੀ ਹਜੇ ਸ਼ੁਰੂਆਤਾਂ, ਮੈਂ ਜਿੱਤਣਾ ਜਹਾਨ ਨਹੀਂ, ਹਜੇ ਕੁਛ ਨਹੀਂ ਕੀਤਾ, ਜੇ ਆਪਾਂ ਕਹੀਏ ਠੀਕ ਆ ਪਰਮਾਤਮਾ ਨੇ ਸਾਨੂੰ ਚੀਜ਼ ਦਿੱਤੀ ਆ, ਵਾਹਿਗੁਰੂ ਨੇ ਦਿੱਤੀ ਆ, ਆਪਾਂ ਇਸ ਚੀਜ਼ ਦੀ ਕਦਰ ਕਰਦੇ ਹਾਂ। ਅਤੇ ਗੱਡੀ ਵਿੱਚ ਕੁਛ ਹੋਰ ਮੋਡੀਫਿਕੇਸ਼ਨਸ ਕਰਾਉਣੀਆਂ? ਹਾਂਜੀ ਬਿਲਕੁਲ ਭਾਅ ਜੀ ਬਿਲਕੁਲ, ਹਜੇ ਮੂਹਰੇ ਉਹਦੇ ਇੱਕ ਚੀਜ਼ ਪਈ ਆ, ਹਾਂਜੀ ਨਹੀਂ ਬੰਪਰ ਵਗੈਰਾ ਆਪਾਂ ਕਰਵਾਉਣੇ ਆ, ਪਰ ਹਜੇ ਮੂਹਰੇ ਸਾਰਾ ਕੁਛ ਕਰਵਾਉਣਾ, ਮੈਂ ਹੌਲੀ 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 ਉਹ ਸਟੈਪ ਬਾਈ ਸਟੈਪ ਪੈਸੇ ਲਾ। ਬਿਲਕੁਲ ਬਿਲਕੁਲ। ਅੱਛਾ ਪਿੱਛੇ ਫੁੱਲ ਵੀ ਨਜ਼ਰ ਆ ਰਹੇ ਹੋਣੇ, ਕੈਮਰਾਮੈਨ ਸਾਹਿਬ ਦਿਖਾਈਓ ਜਰਾ, ਇਹਨਾਂ ਦਾ ਕੀ ਕਾਰਨ ਹੈ? ਕਾਰਨ ਭਾਅ ਜੀ ਹੁਣ ਦੇਖੋ, ਕਦੇ ਕਦੇ ਨਾ ਭਾਅ ਜੀ ਯਕੀਨ ਮੰਨਿਓ ਤੁਸੀਂ ਕਹਿਣਾ ਮੈਂ ਝੂਠ ਬੋਲਦਾ, ਕਦੇ ਕਦੇ ਨਾ ਰਾਤ ਨੂੰ ਫੋਨ ਵੀ ਆ ਜਾਂਦਾ ਆ, ਮੰਨ ਲਓ ਅੱਜ ਫੋਨ ਆਇਆ ਭਾਅ ਜੀ ਕੱਲ੍ਹ ਨੂੰ ਫੁੱਲ ਲਾਣੇ ਗੱਡੀ ਨੂੰ, ਤੁਸੀਂ ਯਕੀਨ ਮੰਨਿਓ ਵੀ ਫੁੱਲ ਵਿੱਚ ਰੱਖੇ ਹੋਏ ਆ, ਇਸ ਕਰਕੇ ਵੀ ਸਵੇਰ ਨੂੰ ਫੁੱਲ ਮੈਂ ਆਪਣੇ ਇੱਕੋ ਫੁੱਲ ਲਈ ਜਾਂਦੇ, ਨਹੀਂ ਇਹ ਚੀਜ਼ ਅਲੱਗ ਰੱਖੀ ਹੋਈ ਆ, ਇਹਦੇ ਵਿੱਚ ਕੁਛ ਅਲੱਗ ਰੱਖਿਆ, ਮਤਲਬ ਅਲੱਗ ਚੀਜ਼ ਰੱਖੀ, ਵੇਲ ਰੱਖੀ ਹੋਈ ਆ, ਤੇ ਫੁੱਲ ਵੀ ਮੈਂ 20 ਤੋਂ ਉੱਪਰ ਬਰਾਤਾਂ ਲਾ ਚੁੱਕਾ ਭਾਅ ਜੀ, ਸਾਡੇ ਏਰੀਏ 'ਚ, ਇੱਧਰ ਨਵਾਂ ਸ਼ਹਿਰ ਏਰੀਏ 'ਚੋਂ, ਗੜ ਸ਼ੰਕਰ ਏਰੀਏ 'ਚ, ਹਰ ਇੱਕ ਏਰੀਏ ਦੇ ਵਿੱਚ ਲਾ ਚੁੱਕਾ ਭਾਅ ਜੀ। ਅਤੇ ਇੱਕ ਗੱਲ ਹੋਰ ਆ ਭਾਅ ਜੀ, ਇਸ ਗੱਡੀ ਦਾ, ਹਾਂਜੀ ਬਹੁਤ ਮਿਹਨਤ ਕੀਤੀ ਭਾਅ ਜੀ, ਇਸ ਗੱਡੀ ਦਾ ਵਾਹਿਗੁਰੂ ਦੀ ਕਿਰਪਾ ਨਾਲ, ਇਸ ਗੱਡੀ ਦਾ ਰਾਜਸਥਾਨ ਮਤਲਬ ਤੱਕ ਨਾਮ ਆ ਭਾਅ ਜੀ, ਬਹੁਤ ਬੰਦੇ ਜਾਣਦੇ ਇਸ ਗੱਡੀ ਕਰਕੇ। ਚਲੋ ਰੱਖਿਆ ਗੱਡੀ ਦਾ? ਨਹੀਂ ਗੱਡੀ ਦਾ ਨਿਕਲਿਆ ਕੋਈ, ਬਸ ਆਪਣੀ ਮੈਂ ਜਾਣੇ ਮੰਨਦਾ ਜੀ ਇਸ ਚੀਜ਼ ਨੂੰ। ਹਾਂਜੀ ਵੀ ਮੈਂ, ਕਿਉਂਕਿ ਇਸ ਇਸ ਗੱਡੀ ਨੇ ਮੈਨੂੰ ਮੇਰੀ ਇੰਨੀ ਕਦਰ ਵਧਾਈ, ਇੰਨੇ ਲੋਕਾਂ 'ਚ ਪਿਆਰ, ਬਹੁਤ ਲੋਕ ਪਿਆਰ ਕਰਦੇ ਗੱਡੀ ਕਰਕੇ ਨਹੀਂ, ਆਪਾਂ ਪਹਿਲਾਂ ਤੋਂ ਜਾਣਦੇ ਹਾਂ ਜੀ, ਮੇਰੇ ਤਾਂ ਭਾਅ ਜੀ ਤੁਸੀਂ ਭਰਾ ਆਇਆ, ਚਲੋ ਹੈ ਨਾ, ਅਤੇ ਚਲੋ ਤੁਹਾਡੇ ਨਾਲ ਵੀ ਗੱਲ ਕੀਤੀ ਵੀ ਭਾਅ ਜੀ ਇੱਦਾਂ ਦਾ ਕਰਕੇ ਮੇਰੇ ਕੋਲ ਗੱਡੀ ਆ, ਵੀ ਤੁਸੀਂ ਇੱਕ ਵਾਰ, ਪਰ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਪੀਵੀ ਬੱਤੀ ਵਾਲਿਆਂ ਦਾ ਬਹੁਤ ਮੈਂ ਧੰਨਵਾਦ ਕਰਦਾ ਇਹਨਾਂ ਦਾ ਭਾਅ ਜੀ, ਉਹਨਾਂ ਦਾ ਵੀ ਜਿਹੜੇ ਮੇਰੇ ਕਰਕੇ। ਬਿੰਦੂ ਜੀ ਇੱਕ ਵਾਰੀ ਤੁਸੀਂ ਨੰਬਰ ਦੱਸ ਦਿਓ, ਜੇਕਰ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ, ਕੋਈ ਗਾਣੇ ਦਾ ਸ਼ੂਟ ਕਰਨਾ ਚਾਹੁੰਦਾ, ਹਾਂਜੀ ਗਾਣੇ ਦਾ ਸ਼ੂਟ ਕਰਨਾ ਚਾਹੁੰਦਾ, ਤਾਂ ਵੀ ਬਿੰਦੂ ਬਾਈ ਨੂੰ ਕਾਲ ਕਰ ਸਕਦੇ ਹੋ। ਤੁਸੀਂ ਬਰਾਤਾਂ ਵਾਲੀ ਗੱਡੀ ਨੂੰ ਅਗਰ ਯੂਜ਼ ਕਰਨਾ ਚਾਹੁੰਦੇ ਹੋ, ਆਪਣੀ ਸ਼ਾਦੀ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਬਿੰਦੂ ਵੀਰ ਨਾਲ ਸੰਪਰਕ ਕਰ ਸਕਦੇ ਹੋ। ਹਾਂਜੀ ਨੰਬਰ ਹੈਗਾ ਜੀ ਮੇਰਾ 8265416617, 8265416617, 8265417। ਹਾਂਜੀ ਔਰ ਤੁਸੀਂ ਬਿੰਦੂ ਬਾਈ ਨੂੰ ਕਾਲ ਕਰ ਸਕਦੇ ਹੋ, ਔਰ ਮੈਂ ਹੁਣ ਉਮੀਦ ਕਰੂੰਗਾ ਕਿ ਸਾਡੇ ਅਗਲੇ ਗਾਣੇ 'ਚ ਬਿੰਦੂ ਭਾਈ ਗੱਡੀ ਨੂੰ ਜ਼ਰੂਰ ਲੈ ਕੇ ਆਵੇ। ਬਿਲਕੁਲ ਭਾਅ ਜੀ ਬਿਲਕੁਲ, ਮੈਂ ਸੂਰੀ ਭਾਅ ਜੀ ਦੇ ਤਾਂ ਮੈਂ ਆਪ ਵਾਅਦਾ ਕਰਦਾ ਤੁਹਾਡੇ ਨਾਲ ਖੜਾ ਹਾਂ ਵੀ ਤੁਹਾਡੇ ਗਾਣੇ 'ਚ ਜਿਹੜਾ ਗਾਣਾ ਭਾਅ ਜੀ ਦਾ ਆਊਂਗਾ ਉਸ ਗਾਣੇ ਦੇ ਵਿੱਚ ਜ਼ਰੂਰ ਆਊਂਗੀ ਭਾਅ ਜੀ ਗੱਡੀ। ਚਲੋ ਬਹੁਤ ਬਹੁਤ ਸ਼ੁਕਰੀਆ, ਔਰ ਬੜੀ ਰੀਝਾਂ ਨਾਲ ਸਾਡੇ ਭਰਾ ਨੇ ਗੱਡੀ ਤਿਆਰ ਕੀਤੀ ਹੈ, ਇੱਕ ਵਾਰੀ ਫਿਰ ਤੋਂ ਵੀ ਜੇ ਪੂਰੀ ਲੁੱਕ ਦਿਖਾ ਦਿਓ ਗੱਡੀ ਦੀ। ਮੈਂ ਪਹਿਲਾਂ ਵੀ ਕਿਹਾ ਬੜੀ ਮਸਕੂਲਰ ਲੁੱਕ ਹੈ ਗੱਡੀ ਦੀ ਵੀ, ਬਿੰਦੂ ਬਾਈ ਦੀ ਵੀ। ਅੱਛਾ ਮੈਕ ਇੰਨੇ ਸੋਹਣੇ ਲੱਗਦੇ ਨਾ, ਇੰਨੀ ਸੋਹਣੀ ਟਿਊਨਿੰਗ ਹੋਈ ਆ, ਔਰ ਗੱਡੀ ਦੀ ਲੰਬਾਈ ਫਿਰ ਤੋਂ ਦਿਖਾ ਦਵਾਂ ਤੁਹਾਨੂੰ, 1 2 3 4 ਮਤਲਬ 5 ਕਦਮ ਹੈਗੇ ਜੇ ਮੈਂ ਪੂਰੇ ਖੁੱਲ ਕੇ ਵੀ ਚੱਲਾਂ, ਤਾਂ ਗੱਡੀ ਬਹੁਤ ਲੰਬੀ ਹੈ। ਕਿ ਪਾਰਕਿੰਗ ਕਰਨ 'ਚ ਤਕਲੀਫ ਤਾਂ ਨਹੀਂ ਆਉਂਦੀ? ਆਉਂਦੀ ਭਾਅ ਜੀ, ਪਰ ਹੁਣ ਮੈਨੂੰ ਗੈਸ ਹੋ ਗਿਆ ਭਾਅ ਜੀ ਮੈਂ ਕਿੱਦਾਂ ਮਤਲਬ ਮੋੜਨੀ ਆ, ਕਿਉਂਕਿ ਬੁਲਟ ਜ਼ਿਆਦਾ ਵੱਡਾ ਇਹਦਾ, ਅਤੇ ਮੈਂ ਆਪਣੇ ਹਿਸਾਬ ਨਾਲ ਮੋੜ ਲੈਂਦਾ ਭਾਅ ਜੀ, ਪਰ ਆਮ ਬੰਦਾ ਨਹੀਂ ਭਾਅ ਜੀ ਮੋੜ ਨਹੀਂ ਸਕਦਾ ਆਮ ਬੰਦਾ, ਤੁਸੀਂ ਵੀ ਚਲਾ ਕੇ ਦੇਖੀ ਆ, ਟਰੱਕ ਵਾਲਾ? ਹਾਂਜੀ ਟਰੱਕ ਵਾਲਾ, ਬਿਲਕੁਲ ਟਰੱਕ ਵਾਲਾ ਸਾਹਿਬ ਭਾਅ ਜੀ। ਐਕਚੁਅਲੀ ਮੇਰੇ ਕੋਲ ਪਹਿਲਾਂ ਜੀਪ ਹੁੰਦੀ ਸੀ, ਲੰਡੀ ਜੀਪ, ਹਾਂਜੀ ਉਹਦਾ ਵੇਸ ਸਿਸਟਮ ਸੀਗਾ, ਉਹ ਵੀ ਇੱਦਾਂ ਹੀ ਉਹਦਾ ਹਿਸਾਬ ਵੀ ਜਿਵੇਂ ਟਰੈਕਟਰ ਵਾਲਾ ਹੀ ਸੀਗਾ। ਹਾਂਜੀ ਹਾਂਜੀ, ਤਾਂ ਮਜ਼ਾ ਬਹੁਤ ਆਇਆ ਗੱਡੀ ਚਲਾ ਕੇ, ਫਿਰ ਕਿਸੇ ਦਿਨ ਆਪਾਂ ਸਪੈਸ਼ਲ ਕਿਤੇ ਘੁੰਮਣ ਚੱਲਦੇ। ਬਹੁਤ ਬੰਦੇ ਭਾਅ ਜੀ ਮੰਗ ਰਹੇ ਆ ਮੇਰੇ ਕੋਲ, ਇਸ ਟਾਈਮ ਮੈਨੂੰ ਫੋਨ ਵੀ ਆ ਰਹੇ ਆ, ਪਰ ਨਹੀਂ ਮੈਂ ਵੇਚਦਾ ਨਹੀਂ ਭਾਅ ਜੀ ਇਸ ਚੀਜ਼ ਨੂੰ, ਅਤੇ ਨਾ ਮੈਂ ਵੇਚਣੀ ਆ ਭਾਅ ਜੀ। ਸ਼ੌਂਕ ਨੂੰ ਵੇਚਣਾ ਵੀ ਨਹੀਂ ਚਾਹੀਦਾ। ਬਿਲਕੁਲ ਭਾਅ ਜੀ ਬਿਲਕੁਲ, ਸ਼ੌਂਕ ਨੂੰ ਕੰਟੀਨਿਊ ਕਰਨਾ ਚਾਹੀਦਾ। ਹਾਂਜੀ 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 ਬਿਲਕੁਲ।
वैसे भाजी मेरे तो बहुत बंद पता नहीं की गल ज्यादा ही खे भाजी करते पता नहीं मैं मेहनत की पता नहीं इस करके हाँ जी मैं छोटी उम्र हजे मेरी उम्र भी भाजी छोटी है हजे मैं गड्डी खड़ी की दो तीन मोटरसाइकिल मेरे को भाजी अपने वाहेगुरु की कृपा ना मैं सब कुछ खड़ा अपना मेहनत ना किया फिर तो भाजी चलो मैं मेरे तो लोग बहुत भाजी थानू भी बहुत कहेंगे भी नहीं बंदा भी कहेंगे अपनी राह ते चलते रहना चाहिए और वाहिगुरु नू सिर झुका के हाजर नाजर रब नू मन के चलते रहना चाहिए ओदी नजर च आपां झूठे ना होईए बिल्कुल सामने झूठे ना होईए बाकी किसी की परवाह करने की लोड़ नहीं मैं राजा साहब मेरे ते भाजी जिन्ना क मैं यकीन करदा वाहिगुरु ते मैं उस दर तो मैं कदम छड़े नहीं मैं उस उन्होंने यकीन करता भी जो उन्होंने करता वो माड़ा करता चंगा करता मेरे लिए पर फिर भी मेरे लिए मेरे ना लोग भाजी इन्नी खेबाजी करते गल बहुत ज्यादा चंगे जो व्यूअर्स आज परिवारक मैंबर इन्ना क प्यार देंगे कोई जिन्ना मर्जी क्रिटिसिजम कर दे क्रिटिसिजम होना चाहिए आलोचना होनी चाहिए लेकिन कोई अगर बंदा गलती करता जे कोई अपने राह से चल रहा उन्होंने पटका तो क्रिटिसिजम नहीं है रोड़े मारन की गल है पर साडे अंदर सबर भी चाहिए और रुख दे वांग रोड़े मारी जाने तां भी छां देईए तां भी फल देईए किते किते बंदा थोड़ा जिहा इमोशनल हो जाता जज्बाती हो जाता भटक जाता गुस्सा कर लेंदा लेकिन फिर तो नॉर्मल रहना चाहिए न्यूट्रल रहना चाहिए जिदा तुहाडी गड्डी न्यूट्रल च खड़ी बिल्कुल भाजी बिल्कुल बिल्कुल जदों लोड़ पवे उदों गियर पाणा बिल्कुल भाजी सही गल आ मैं तां भाजी देखो मेहनत कीती आ मेहनत करके इत्थे तक पुज्जिया यकीन मन्नियो तुसीं पर मेरा मेहनती मेरी मेहनत लोकां नूं भाजी है नहीं बे चलो गड्डी मैं तां गड्डी दे एग्जांपल न्यूट्रल च भी खड़ी है पहला गियर है दूजा तीजा चौथा ते फिर पंजवा बैक भी है जिथे किते लगदा कि मोहरे फस जानी है तो बैक ला लिया करो बैक ला लिया करो ते जिंदगी वैदे चलाउणी पैणी चलो भाई जी समा कढ़िया बहुत बहुत शुक्रिया और तुसीं बिंदू भाई नूं जरूर अपनी खुशियां च शामिल कर सकदे हो अच्छा गाने गुणे की गल करदे सीगे कि यार कई वेले पैसे सिंगर फिर रुक रुक के देंदे अट कट के फिर उन्होंने सुर जिहड़े आ पहले दूजा काला फिर अड़ जांदा सी एक एक दो सिंगर ना होई आ भाजी चलो आपां ना क्यों लेना हुण ना लैण दिल भी करदा पर नहीं नहीं रहण दो हां जी पर इत्थे अपने किले बहादुरगढ़ होई सी शूटिंग कोई बंदा सी उहनूं पता लगे जाणा इंटरव्यू जे देखदा भी होया उस बंदे ने मैनूं 2500 भाजी देता पहला मैं पहला मेरी आदत आ भाई जे मैं हाफ पेमेंट पहला लैणी हाफ पेमेंट बाद च उहने मैनूं हाफ पेमेंट नूं बहुत मगर घुमाया भाजी दो घंटे उत्थे बैठा रहा मैं मैनूं कहिंदा तूं पेट्रोल पंप ते चल मैं तैनूं गूगल पे च पैसे पाणा हुण तुसीं दस्सो मैनूं मैं मेहनत करना आया भाई तुहाडा सी तेल मेरा सी सारा कुछ दिहाड़ी मेरी सी भाजी हुण गड्डी खड़ी करन दी वी भाजी अक्सर नूं दिहाड़ी है ना ते उस बंदे ने बहुत मगर घुमाया हुण पता लगे जाणा भाजी कौन सीगा कौन नहीं इदा करनी नहीं चाहिए भाजी मैं भी मेहनत कर रहा जो भी है नाम लाओ किसी हाँ दी छवि खराब नहीं जी जी भाजी पता लगे जाणा पर उस बंदे नूं शर्म आनी चाहिए एक बंदे ने नहीं उस बंदे ने बहुत बंदे ने किया इदा पर इस चीज नाल थोड़ी जिहा गड्डी में कोई फिर तो देख लो।